अंधर के लद्दे वाली में करंट लगने से एक महिला की मौत हो गई। महिला की पहचान शकुंतला देवी, उम्र 25 साल, वासी लद्दे वाली के रूप में हुई थी। इसकी शादी को करीबन 2 साल हो चुके थे। पुलिस ने कार्रवाई करते वक्त 174 की कार्रवाई की और उसके नाभा स्थित परिवार को सूचित कर दिया गया है। ਸ਼ਕੁੰਤਲਾ ਰਾਣੀ ਤੁਸੀਂ ਕੀ ਗੱਲਬਾਤ ਕੀ ਹੋਈ ਗੱਲਬਾਤ ਕੁਛ ਨਹੀਂ ਹੁਣ ਮੈਂ ਕੰਮ ਤੋਂ ਆਇਆ ਸੀ ਮੈਂ ਤਾਂ ਕੰਮ ਤੋਂ ਆਇਆ ਸੀ ਜੋ ਘਰ ਆ ਕੇ ਦੇਖਿਆ ਅਤੇ ਉਹ ਬੇਹੋਸ਼ ਪਈ ਸੀ ਅਤੇ ਮੈਨੂੰ ਨਾ ਤਾਂ ਕਰੰਟ ਕਰੁੰਟ ਲੱਗ ਗਿਆ ਉਹਨੂੰ ਕਿੰਨੇ ਸਾਲ ਹੋ ਗਏ ਬਾਈ ਵਿਆਹ ਹੋਏ ਨੂੰ 2 ਸਾਲ ਹੋ ਗਏ ਬਾਈ ਕੋਈ ਬੱਚੇ ਨੂੰ ਹੋਸਪਿਟਲ ਲੈ ਗਏ ਸੀ ਬੱਚਾ ਕੋਈ ਨਹੀਂ ਸੀ ਹੋਸਪਿਟਲ ਲੈ ਗਏ ਸੀ ਬਾਈ ਹਾਂਜੀ ਅਤੇ ਕੀ ਕਹਿੰਦੇ ਡਾਕਟਰ ਡਾਕਟਰ ਨੇ ਉਸ ਵੇਲੇ ਜਵਾਬ ਦੇ ਦਿੱਤੇ ਕਹਿੰਦਾ ਕਿਹੜਾ ਹੋਸਪਿਟਲ ਲੈ ਗਏ ਸੀ ਜੋਲ ਹੋਰ ਕੋਈ ਨਹੀਂ ਸੀ ਜਦੋਂ ਜੋ ਇਹ ਹਾਦਸਾ ਹੋ ਗਿਆ ਘਰ ਮੇਰੀ ਮਾਂ ਤਾਈ ਜੀ ਸੀਗੀ ਅੱਛਾ ਜੀ ਉਹ ਕੀ ਕਹਿੰਦੇ ਅਤੇ ਉਹ ਦੇ ਪਈ ਉਹ ਵੀ ਅਤੇ ਮੈਂ ਆਇਆ ਫਿਰ ਮੈਂ ਡਾਕਟਰ ਕੋਲ ਫਿਰ ਮੈਂ ਲੈ ਕੇ ਗਿਆ ਅਤੇ ਕਦੀ ਤਾਰ ਲਾ ਰਹੇ ਸੀ ਇਹ ਪਤਾ ਨਹੀਂ ਕੋਈ ਬਿਜਲੀ ਬੁਜਲੀ ਤਾਰ ਜਾ ਰਹੀ ਹੋਣੀ ਤਾਰ ਲਾ ਰਹੀ ਹੋਣੀ ਜਾਂ ਪੱਖਾ ਲਾ ਰਹੀ ਹੋਣੀ ਪੱਖਾ ਵੀ ਕਰੰਟ ਮਾਰਦਾ ਪਿਆ ਸਾਡਾ ਅੱਛਾ ਜੀ ਸਮਝ ਹੀ ਨਹੀਂ ਆਇਆ ਮੈਨੂੰ ਮੈਂ ਤਾਂ ਕੰਮ ਤੋਂ ਆਇਆ ਸੀ ਆਪਾਂ ਕਿੱਥੇ ਰਹਿਣ ਵਾਲੇ ਸੀ ਲੱਦੇ ਵਾਲੇ ਅੱਛਾ ਆਪਾਂ ਕੀ ਕੰਮ ਕਰਦੇ ਬਾਈ ਮੈਂ ਫਿਊਚਰ ਵਰਲਡ ਕਿਤਾਬਾਂ ਦਾ ਕੰਮ ਕਰਦਾ ਜੀ ਡੈਡ ਬੋਡੀ ਯਾਤਰਾ ਵੀ ਮੈਂ ਥਾਣਾ ਰਾਮਾ ਮੰਡੀ ਅੱਜ ਸਹਾਇਕ ਡਿਊਟੀ ਅਫਸਰ ਤਨਾਤ ਸੀਗਾ ਟੈਲੀਫੋਨ ਕੌਂਸਲਰ ਖਹਿਰਾ ਦਾ ਮਸੂਲ ਹੋਇਆ ਵੀ ਲੱਦੇ ਵਾਲੀ ਤਹਾਰਾ ਮਹੱਲੇ ਕਿ ਸ਼ਕੁੰਤਲਾ ਨਾਮ ਦੀ ਔਰਤ ਆ ਵੀ ਉਹ ਤਾਰ ਲੱਗੀ ਸੀ ਬਿਜਲੀ ਦੀ ਲਾਉਣ ਅਤੇ ਉਹਨੂੰ ਕਰੰਟ ਲੱਗ ਗਿਆ ਅਤੇ ਜੌਹਰ ਹਸਪਤਾਲ ਉਹਦੀ ਡੈਥ ਹੋ ਗਈ ਕੀ ਨਾਮ ਹੈ ਲੇਡੀਜ਼ ਦਾ ਅਤੇ ਕਿੰਨੀ ਉਮਰ ਹੈਗੀ ਹੈ ਸ਼ਕੁੰਤਲਾ ਦੇਵੀ ਉਹਦਾ ਨਾਮ ਹੈਗਾ ਜੀ ਵਾਈਫ ਆਫ ਸੁਰਿੰਦਰ ਸਿੰਘ ਉਮਰ ਉਹਦੀ ਹੈਗੀ 25 ਸਾਲ ਬਟ ਇਹਦੇ ਜਿਹੜੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਢਲਵਾਣਾ ਪਿੰਡ ਪੈਂਦਾ ਨਾਭੇ ਦੇ ਕੋਲ ਉੱਥੇ ਇਹਦੇ ਮਾਂ ਬਾਪ ਨੂੰ ਸੂਚਿਤ ਕਰ ਦਿੱਤਾ ਵੀ ਇੱਦਾਂ ਤੁਹਾਡੀ ਲੜਕੀ ਦੀ ਅਤੇ ਇਹਦੀ ਡੈੱਡ ਬੋਡੀ ਜਿਹੜੀ ਅਸੀਂ ਸਿਵਲ ਹਸਪਤਾਲ ਲੈ ਕੇ ਆਏ ਹਾਂ ਪੋਲਸੀ 'ਚ ਰੱਖਣ ਲਈ ਇਹਦੇ ਮਾਪੇ ਸਵੇਰੇ ਆਉਣਗੇ ਵਾਰਸ ਜੋ ਵੀ ਅਗਲੀ ਕਾਰਵਾਈ ਬਣਦੀ ਕਾਨੂੰਨੀ ਅਮਲ 'ਚ ਲਿਆਉਂਦੀ ਜਾਵੇ ਆਪਣਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਹੈਡ ਕਾਂਸਟੇਬਲ ਗੋਪਾਲ ਸਿੰਘ ਸਰ ਮੌਤ ਕਿੱਦਾਂ ਹੋਈ ਉਹਦੀ ਮੌਤ ਉਹਦੀ ਭਾਜੀ ਇਸ ਤਰ੍ਹਾਂ ਵਾ ਵੀ ਕਰੰਟ ਨਾਲ ਹੋਈ ਲੱਗਣ ਨਾਲ ਇਲੈਕਟ੍ਰਿਕ ਸ਼ਾਰਟ ਹੋਈ ਹੈ ਕਿੰਨੇ ਕੁ ਬੱਚੇ ਕਿੰਨੀ ਕੁ ਉਮਰ ਹੋਣੀ ਹੈ ਜੀ ਉਮਰ ਇਹਦੀ 25 ਸਾਲ ਦੇ ਕਰੀਬ ਆ ਜੀ 2 ਸਾਲ ਹੋ ਗਏ ਸੀ ਇਹਦੀ ਮੈਰਿਜ ਹੋਈ ਨੂੰ ਬੱਚੇ ਸਰ ਨਹੀਂ ਹੈ ਬੱਚਾ ਨਹੀਂ ਕੋਈ ਹੈ ਜੀ ਅਜੇ ਠੀਕ ਹੈ ਸਰ जलंधर के लद्दे वाली में करंट लगने से एक महिला की मौत हो गई। महिला की पहचान शकुंतला देवी, उम्र 25 साल, वासी लद्दे वाली के रूप में हुई थी। इसकी शादी को करीबन 2 साल हो चुके थे। पुलिस ने कार्रवाई करते वक्त 174 की कार्रवाई की और उसके नाभा स्थित परिवार को सूचित कर दिया गया है। ਤੁਹਾਡੇ ਵੈਦ ਦਾ ਨਾਮ ਤੁਸੀਂ ਸ਼ਕੁੰਤਲਾ ਰਾਣੀ ਤੁਸੀਂ ਕੀ ਗੱਲਬਾਤ ਕੀ ਹੋਈ ਗੱਲਬਾਤ ਕੁਛ ਨਹੀਂ ਹੁਣ ਮੈਂ ਕੰਮ ਤੋਂ ਆਇਆ ਸੀ ਮੈਂ ਤਾਂ ਕੰਮ ਤੋਂ ਆਇਆ ਸੀ ਜੋ ਘਰ ਆ ਕੇ ਦੇਖਿਆ ਅਤੇ ਉਹ ਬੇਹੋਸ਼ ਪਈ ਸੀ ਅਤੇ ਮੈਨੂੰ ਨਾ ਤਾਂ ਕਰੰਟ ਕਰੁੰਟ ਲੱਗ ਗਿਆ ਉਹਨੂੰ ਕਿੰਨੇ ਸਾਲ ਹੋ ਗਏ ਬਾਈ ਵਿਆਹ ਹੋਏ ਨੂੰ 2 ਸਾਲ ਹੋ ਗਏ ਬਾਈ ਕੋਈ ਬੱਚੇ ਨੂੰ ਹੋਸਪਿਟਲ ਲੈ ਗਏ ਸੀ ਬੱਚਾ ਕੋਈ ਨਹੀਂ ਸੀ ਹੋਸਪਿਟਲ ਲੈ ਗਏ ਸੀ ਬਾਈ ਹਾਂਜੀ ਅਤੇ ਕੀ ਕਹਿੰਦੇ ਡਾਕਟਰ ਡਾਕਟਰ ਨੇ ਉਸ ਵੇਲੇ ਜਵਾਬ ਦੇ ਦਿੱਤੇ ਕਹਿੰਦਾ ਕਿਹੜਾ ਹੋਸਪਿਟਲ ਲੈ ਗਏ ਸੀ ਜੋਲ ਹੋਰ ਕੋਈ ਨਹੀਂ ਸੀ ਜਦੋਂ ਜੋ ਇਹ ਹਾਦਸਾ ਹੋਇਆ ਘਰ ਮੇਰੀ ਮਾਂ ਤਾਈ ਜੀ ਸੀਗੀ ਅੱਛਾ ਜੀ ਉਹ ਕੀ ਕਹਿੰਦੇ ਅਤੇ ਉਹ ਦੇ ਪਈ ਉਹ ਵੀ ਅਤੇ ਮੈਂ ਆਇਆ ਫਿਰ ਮੈਂ ਡਾਕਟਰ ਕੋਲ ਫਿਰ ਮੈਂ ਲੈ ਕੇ ਗਿਆ ਉਹਨੂੰ ਅਤੇ ਕਦੀ ਤਾਰ ਲਾ ਰਹੇ ਸੀ ਇਹ ਪਤਾ ਨਹੀਂ ਕੋਈ ਬਿਜਲੀ ਬੁਜਲੀ ਤਾਰ ਜਾ ਰਹੀ ਹੋਣੀ ਤਾਰ ਲਾ ਰਹੀ ਹੋਣੀ ਜਾਂ ਪੱਖਾ ਲਾ ਰਹੀ ਹੋਈ ਪੱਖਾ ਵੀ ਕਰੰਟ ਮਾਰਦਾ ਪਿਆ ਸਾਡਾ ਅੱਛਾ ਜੀ ਸਮਝ ਹੀ ਨਹੀਂ ਆਇਆ ਮੈਨੂੰ ਮੈਂ ਤਾਂ ਕੰਮ ਤੋਂ ਆਇਆ ਸੀ ਆਪਾਂ ਕਿੱਥੇ ਰਹਿਣ ਵਾਲੇ ਸੀ ਲੱਦੇ ਵਾਲੇ ਅੱਛਾ ਆਪਾਂ ਕੀ ਕੰਮ ਕਰਦੇ ਬਾਈ ਮੈਂ ਫਿਊਚਰ ਵਰਲਡ ਕਿਤਾਬਾਂ ਦਾ ਕੰਮ ਕਰਦਾ ਜੀ ਡੈੱਡ ਬੋਡੀ ਯਾਤਰਾ ਵੀ ਮੈਂ ਥਾਣਾ ਰਾਮਾ ਮੰਡੀ ਅੱਜ ਸਹਾਇਕ ਡਿਊਟੀ ਅਫਸਰ ਤਨਾਤ ਸੀਗਾ ਟੈਲੀਫੋਨ ਕੌਂਸਲਰ ਖਹਿਰਾ ਦਾ ਮਸੂਲ ਹੋਇਆ ਵੀ ਲੱਦੇ ਵਾਲੀ ਤਹਾਰਾ ਮਹੱਲੇ ਕਿ ਸ਼ਕੁੰਤਲਾ ਨਾਮ ਦੀ ਔਰਤ ਆ ਵੀ ਉਹ ਤਾਰ ਲੱਗੀ ਸੀ ਬਿਜਲੀ ਦੀ ਲਾਉਣ ਅਤੇ ਉਹਨੂੰ ਕਰੰਟ ਲੱਗ ਗਿਆ ਅਤੇ ਜੌਹਰ ਹਸਪਤਾਲ ਉਹਦੀ ਡੈਥ ਹੋ ਗਈ ਕੀ ਨਾਮ ਹੈ ਲੇਡੀਜ਼ ਦਾ ਅਤੇ ਕਿੰਨੀ ਉਮਰ ਹੈਗੀ ਹੈ ਸ਼ਕੁੰਤਲਾ ਦੇਵੀ ਉਹਦਾ ਨਾਮ ਹੈਗਾ ਜੀ ਵਾਈਫ ਆਫ ਸੁਰਿੰਦਰ ਸਿੰਘ ਉਮਰ ਉਹਦੀ ਹੈਗੀ 25 ਸਾਲ ਬਟ ਇਹਦੇ ਜਿਹੜੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਢਲਵਾਣਾ ਪਿੰਡ ਪੈਂਦਾ ਨਾਭੇ ਦੇ ਕੋਲ
ਉੱਥੇ ਇਹਦੇ ਮਾਂ ਬਾਪ ਨੂੰ ਸੂਚਿਤ ਕਰਤਾ ਵੀ ਇੱਦਾਂ ਤੁਹਾਡੀ ਲੜਕੀ ਦੀ, ਅਤੇ ਇਹਦੀ ਡੈੱਡ ਬੋਡੀ ਜਿਹੜੀ ਅਸੀਂ ਸਿਵਲ ਹਸਪਤਾਲ ਲੈ ਕੇ ਆਏ ਹਾਂ ਪੋਲਸੀ 'ਚ ਰੱਖਣ ਲਈ। ਇਹਦੇ ਮਾਪੇ ਸਵੇਰੇ ਆਉਣਗੇ, ਵਾਰਸ ਜੋ ਵੀ ਅਗਲੀ ਕਾਰਵਾਈ ਬਣਦੀ ਕਲੋਨੀ ਅਮਲ 'ਚ ਲਿਆਉਂਦੀ ਜਾਵੇਗੀ। ਆਪਣਾ ਸ਼ੁਭ ਨਾਮ ਕੀ ਹੈ? ਮੇਰਾ ਨਾਮ ਹੈਡ ਕਾਂਸਟੇਬਲ ਗੋਪਾਲ ਸਿੰਘ। ਸਰ ਮੌਤ ਕਿੱਦਾਂ ਹੋਈ ਉਹਦੀ? ਮੌਤ ਉਹਦੀ ਭਾਅ ਜੀ ਇਸ ਤਰ੍ਹਾਂ ਵਾ ਵੀ ਕਰੰਟ ਨਾਲ ਹੋਈ, ਲੱਗਣ ਨਾਲ ਇਲੈਕਟ੍ਰਿਕ ਸ਼ੋਰਟ ਹੋਈ ਹੈ। ਕਿੰਨੇ ਕੁ ਬੱਚੇ, ਕਿੰਨੀ ਕੁ ਉਮਰ ਹੋਣੀ ਹੈ ਜੀ? ਉਮਰ ਇਹਦੀ 25 ਸਾਲ ਦੇ ਕਰੀਬ ਆ ਜੀ, 2 ਸਾਲ ਹੋ ਗਏ ਸੀ ਇਹਦੀ ਮੈਰਿਜ ਹੋਈ ਨੂੰ। ਬੱਚੇ ਸਰ ਨਹੀਂ? ਬੱਚਾ ਨਹੀਂ ਕੋਈ ਹੈ ਜੀ ਅਜੇ। ਠੀਕ ਹੈ ਸਰ।